ਅਤੇ ਵਿਗਿਆਨ ਪ੍ਰਯੋਗਸ਼ਾਲਾ ਤੁਹਾਡੀਆਂ ਗੁਰੂ ਹਾਂ ਤੇ ਜੀ ਹਾਂ ਬਿਲਕੁਲ ਇਹ ਤੁਸੀਂ ਬਸ ਦੇਖ ਰਹੇ ਹੋ ਮੇਰੇ ਪਿੱਛੇ ਇਹ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀਆਂ ਜਾਂ ਕੈਸ਼ ਵੈਨ ਦੇਖੀ ਹੋਵੇਗੀ ਜਿਸ ਦੇ ਵਿੱਚੋਂ ਅਸੀਂ ਜੋ ਪਿੰਡਾਂ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਾਂਦੀਆਂ ਜਾਂ ਫਿਰ ਤੁਸੀਂ ਮੈਡੀਕਲ ਵੈਨ ਦੇਖੀ ਹੋਵੇਗੀ ਜੋ ਘਰ-ਘਰ ਪਹੁੰਚ ਕੇ ਜਿਵੇਂ ਐਂਬੂਲੈਂਸ ਹੈ ਉਹ ਮੇ ਇਲਾਜ ਕਰਦੀਆਂ ਤਾਂ ਪੰਜਾਬ ਦੇ ਵਿੱਚ ਅੱਜ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲੇਗਾ ਕੀ ਇੱਕ ਵੈਨ ਤਿਆਰ ਕੀਤੀ ਗਈ ਇੱਕ ਬੱਸ ਤਿਆਰ ਕੀਤੀ ਗਈ ਜਿਸ ਦੇ ਵਿੱਚ ਲੈਬ ਬਣਾਈ ਹੋਈ ਹੈ ਕੰਪਿਊਟਰ ਤੇ ਵਿਗਿਆਨ ਦੀ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਣੇ ਆ ਤਾਂ ਇਹ ਨਵਾਂ ਸ਼ਹਿਰ ਦੇ ਵਿੱਚ ਬੱਸ ਖੜੀ ਕੀਤੀ ਗਈ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਐਸਬੀਐਸ ਨਗਰ ਨਵਾਂ ਸ਼ਹਿਰ ਦੇ ਵਿੱਚ ਬੱਸ ਖੜੀ ਕੀਤੀ ਗਈ ਹੈ ਔਰ ਬੱਸ ਦੇ ਜਿਹੜੀਆਂ ਇੱਕਦਮ ਬਿਲਕੁਲ ਦਿਖਿਆ ਜਾਵੇ ਤਾਂ ਟੈਕਨੋਲੋਜੀ ਦੇ ਨਾਲ ਲੈਸ ਹੈ ਬਸ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਕੀ ਕੀ ਇਸ ਦੇ ਵਿੱਚ ਫੈਸਿਲਿਟੀ ਕੀਤੀ ਗਈ ਔਰ ਜੋ ਦਾਵਾ ਕੀਤਾ ਗਿਆ ਕਿ 48 ਲੱਖ ਰੁਪਏ ਦੀ ਇਸ ਦੇ ਇਸ ਬਸ ਨੂੰ ਬਣਾਉਣ ਚ ਲਗਤ ਆਈ ਹੈ ਅੰਦਰ ਕੰਪਿਊਟਰ ਲੱਗੇ ਹੋਏ ਨੇ ਸਪਲਾਈ ਪੂਰੀ ਹੈ ਬਿਜਲੀ ਦਿੱਤੀ ਹੋਈ ਹੈ ਏਸੀ ਲੱਗੇ ਹੋਏ ਨੇ ਮਾਡਲ ਵੱਖ-ਵੱਖ ਤਰ੍ਹਾਂ ਦੇ ਮਨੁੱਖੀ ਲੱਗੇ ਹੋਏ ਨੇ ਅਸੀਂ ਸਾਰੀਆਂ ਤਸਵੀਰਤਾਂ ਦਿਖਾਵਾਂਗੇ ਵੀ ਅੰਦਰ ਕਿਵੇਂ ਕੰਮ ਚੱਲ ਰਿਹਾ ਹੈ ਅੰਦਰ ਕਿਵੇਂ ਇਸ ਬਸ ਦਾ ਕੀ ਪਰਪਸ ਹੋਏਗਾ ਤਾਂ ਇੱਕ ਵਾਰ ਅਸੀਂ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਤੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਕਿ ਬੱਸ ਦਾ ਕੀ ਅੰਦਰ ਦਾ ਹੈ ਔਰ ਕੀ ਕੀ ਇੱਥੇ ਜਿਹੜੇ ਸਬਜੈਕਟ ਪੜ੍ਹਾਏ ਜਾ ਰਹੇ ਦਾ ਜਿਹੜਾ ਇੱਕ ਨਮਾਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਕਿ ਇੱਕ ਅਜਿਹੀ ਬਸ ਬਣਾਈ ਜਾਵੇ ਕਿਉਂਕਿ ਕਰੋਨਾ ਦੇ ਦੌਰਾਨ ਬੱਚੇ ਕਾਫੀ ਹੱਦ ਤੱਕ ਸਕੂਲਾਂ ਦੇ ਵਿੱਚ ਨਹੀਂ ਆਏ ਸੀ ਸਕੂਲ ਬੰਦ ਸਨ ਤਾਂ ਇੱਕ ਬਸ ਤਿਆਰ ਕੀਤੀ ਗਈ ਹੈ ਬਸ ਦੇ ਵਿੱਚ ਵਿਗਿਆਨ ਤੇ ਕੰਪਿਊਟਰ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਔਰ ਗੱਲਬਾਤ ਵੀ ਕਰਦੇ ਸਾਣਾ ਜ਼ਿਲ੍ਹਾ ਸਿੱਖਿਆ ਅਫਸਰ ਵੀ ਮੌਜੂਦ ਨੇ ਜਗਜੀਤ ਸਿੰਘ ਜੀ ਤੇ ਨਾਲ ਹੀ ਅਮਰਿਕ ਸਿੰਘ ਜੀ ਡਿਪਟੀ ਡੀਓ ਤਾਂ ਗੱਲਬਾਤ ਕਰਦੇ ਆ ਸਰ ਦੇਖਿਆ ਜਾਵੇ ਤਾਂ ਬਸ ਪੂਰੀ ਟੈਕਨੋਲੋਜੀ ਦੇ ਨਾਲ ਲੈਸ ਹੈ ਕਿੰਨਾ ਖਰਚਾ ਆਇਆ ਕਿੰਨਾ ਸਮਾਂ ਲੱਗਾ ਔਰ ਕਿੰਨੀ ਕਿੰਨੀ ਮਿਹਨਤ ਔਰ ਕੀ ਕੀ ਯੋਗਦਾਨ ਹੈ ਮੈਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸਕੰਡੀ ਐਸਪੀਐਸ ਨਗਰ ਜਗਜੀਤ ਸਿੰਘ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਦਾ ਵੀ ਲੈਬ ਔਨ ਦਾ ਵੀਲ ਇਹ 2018 ਦੇ ਵਿੱਚ ਕੇਟੀਐਸ ਤੁਲਸੀ ਮੈਂਬਰ ਪਾਰਲੀਮੈਂਟ ਰਾਜਸਭਾ ਵੱਲੋਂ ਇਹ ਜ਼ਿਲ੍ਹੇ ਨੂੰ ਗ੍ਰਾਂਟ ਜਾਰੀ ਕਰੀ ਗਈ ਸੀ ਐਂਡ ਇਟ ਵਾਸ ਇਨਸਫੀਸ਼ੀਐਂਟ ਟੂ ਕੰਪਲੀਟ ਥਿਸ ਪ੍ਰੋਜੈਕਟ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼ੈਨਾ ਅਗਰਵਾਲ ਜੀ ਆਈਐਸ ਅਤੇ ਸਰਦਾਰ ਅੰਗਤ ਸਿੰਘ ਜੀ ਦੇ ਸਾਂਝੇ ਯਤਨਾਂ ਦਾ ਸਦਕਾ ਜਿਹੜਾ ਹੈ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਿਆ ਗਿਆ ਹੈ ਔਰ ਇਹਦੀ ਅਨੁਮਾਨਿਤ ਜਿਹੜੀ ਲਾਗਤ ਹੈ ਉਹ 46 ਲੱਖ ਦੇ ਕਰੀਬ ਆਈ ਹੈ ਇਹਦੇ ਵਿੱਚ ਦੋ ਸੈਗਮੈਂਟ ਨੇ ਜਿਹੜਾ ਫਸਟ ਸੈਗਮੈਂਟ ਹੈ ਫਰੰਟ ਦੇ ਵਿੱਚ ਉਹਦੇ ਵਿੱਚ ਕੰਪਿਊਟਰ ਲੱਗੇ ਹੋਏ ਨੇ ਇਹ ਇੱਕ ਆਧੁਨਿਕ ਜਿਹੜੀ ਕੰਪਿਊਟਰ ਲੈਬ ਹੈ ਇਸ ਦੇ ਵਿੱਚ ਬਿਲਕੁਲ ਅਪਡੇਟ ਨਵੀਂ ਅਪਗ੍ਰੇਡੇਸ਼ਨ ਦੇ ਜਿਹੜੇ ਹੈ ਉਹ ਕੰਪਿਊਟਰ ਲੱਗੇ ਨੇ ਜਿਸ ਦੇ ਨਾਲ ਬੱਚਿਆਂ ਨੂੰ ਕੰਪਿਊਟਰ ਦੇ ਵਿਸ਼ੇ ਦੇ ਵਿੱਚ ਪੂਰੀ ਨੌਲੇਜ ਹੋਏਗੀ ਦੂਸਰਾ ਜਿਹੜਾ ਸੈਗਮੈਂਟ ਹੈ ਉਹ ਹੈ ਸਾਇੰਸ ਨਾਲ ਰਿਲੇਟਡ ਹੈ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਦਾ ਜਿਹੜਾ ਹੈ ਸਿਲੇਬਸ ਉਹ ਉਹਦੇ ਵਿੱਚ ਪ੍ਰੋਜੈਕਟਸ ਲੱਗੇ ਹੋਏ ਨੇ ਔਰ ਮਾਡਲਸ ਨੇ ਜਿਹੜੇ ਕਿ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੁੰਦਰ ਮਾਡਲ ਨੇ ਹੈ ਇਸ ਦੇ ਨਾਲ ਜਿਹੜਾ ਸਾਇੰਸ ਦਾ ਵਿਸ਼ਾ ਬੱਚਿਆਂ ਨੂੰ ਔਖਾ ਲੱਗਦਾ ਹੈ ਇਹ ਇੰਨਾ ਰੋਚਕ ਹੋਏਗਾ ਕਿ ਉਹਨਾਂ ਦੀ ਜਿਹੜੀ ਹੈ ਇਸ ਵਿਸ਼ੇ ਦੇ ਵਿੱਚ ਜਿਹੜੀ ਹੈ ਰੁਚੀ ਹੋਰ ਵਧ ਜਾਵੇਗੀ ਤੇ ਦੇਖਿਆ ਸਰ 2018 ਦਾ ਪ੍ਰੋਜੈਕਟ ਸੀ ਤੇ ਹੁਣ 21 ਚ ਆ ਕੇ ਬਣਿਆ ਜੀ ਕੀ ਕੋਵਿਡ ਦੇ ਕਰਕੇ ਕੰਮ ਰੁਕ ਗਿਆ ਸੀ ਜਾਂ ਕੋਈ ਫੰਡਿੰਗ ਨੂੰ ਕੋਵਿਡ ਦਾ ਵੀ ਸੀ ਤੇ ਫੰਡਸ ਦਾ ਵੀ ਸੀਗਾ ਕਿਉਂਕਿ ਜਿੰਨੇ ਪੈਸੇ ਉੱਥੋਂ ਜਾਰੀ ਹੋਏ ਸੀ ਭਾਰਤ ਸਰਕਾਰ ਵੱਲੋਂ ਸਾਨੂੰ ਉਹਨੇ ਦੇ ਵਿੱਚ ਬਸ ਨਹੀਂ ਸੀ ਬੰਸ ਕਿੰਨਾ ਜਾਰੀ ਕੀਤਾ ਗਿਆ ਸੀ 18 ਲੱਖ ਰੁਪਏ ਸੀਗਾ ਉਸ ਕੀ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜਾ ਹੈਗਾ ਸਾਡੇ ਮਿਨਰਲ ਫੰਡਸ ਨੇ ਜਿਹੜੇ ਉਸ ਦੇ ਵਿੱਚੋਂ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਮਾਨ ਜਾਉ ਤੇ ਅੰਗਰ ਸਿੰਘ ਜੀ ਦੇ ਯਤਰਾ ਦਾ ਸਦਕਾ ਇਹ ਜਿਹੜਾ ਹੈ ਪ੍ਰੋਜੈਕਟ ਸ਼ੁਰੂ ਹੋਇਆ ਹੈ ਔਰ ਇਹਦਾ ਇੱਕ ਰੋਡ ਮੈਪ ਤਿਆਰ ਕਰ ਲਿਆ ਹੋਇਆ ਸੀ ਡਿਸਟ੍ਰਿਕਟ ਵੱਲੋਂ ਸਿੱਖਿਆ ਵਿਭਾਗ ਵੱਲੋਂ ਇਹ ਕਿਹੜਾ ਹੈ ਕਿਹੜਾ ਕਿੱਥੇ ਕਿੱਥੇ ਰੂਟ ਹੈ ਦਾ ਹਾਂਜੀ ਇਹਦੇ ਵਿੱਚ ਜਿਹੜਾ ਹੈ ਡੇਲੀ ਦੇ ਜਿੰਨੇ ਸਾਡੇ ਵਰਕਿੰਗ ਡੇ ਨੇ ਦੋ ਸਕੂਲਾਂ ਦੇ ਵਿੱਚੇ ਵਿਜ਼ਿਟ ਕਰੇਗੀ ਇਹ ਬੱਸ ਫੁੱਲੀ ਏਸੀ ਹੈ ਇਸ ਦੇ ਵਿੱਚ ਜਿਹੜੇ ਹੈ ਪ੍ਰੋਜੈਕਟਰ ਲੱਗੇ ਹੋਏ ਆ ਕੰਪਿਊਟਰ ਲੱਗੇ ਹੋਏ ਆ ਔਰ ਇੱਕ ਇੱਕ ਜਿਹੜਾ ਤੁਸੀਂ ਮਾਡਲ ਇਹਨੂੰ ਦੇਖ ਰਹੇ ਹੋ ਇਹ ਡਿਟੈਚੇਬਲ ਹੈ ਮੈਂ ਜੇ ਗੱਲ ਕਰਾਂ ਕਿ ਦਾ ਮਨੁੱਖੀ ਦਿਲ ਦੀ ਇਹਨੂੰ ਕੱਲੇ ਕੱਲੇ ਨੂੰ ਤੁਸੀਂ ਖੋਲ ਕੇ ਕੱਲਾ ਕੱਲਾ ਪਾਰਟ ਜਿਹੜਾ ਹੈਗਾ ਉਹ ਬੱਚਿਆਂ ਨੂੰ ਦਿਖਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਜਿਹੜੇ ਇਹ ਸਬਜੈਕਟ ਦੀ ਪੂਰੀ ਕਲੈਰੀਫਿਕੇਸ਼ਨ ਹੋ ਸਕਦੀ ਹੈ ਸਰ ਦਿਖਿਆ ਜਾਵੇ ਤਾਂ ਇਸ ਦੇ ਨਾਲ ਕਿਉਂਕਿ ਇੱਕ ਅੰਦਰ ਬੈਠ ਕੇ ਇੱਕ ਪੂਰਾ ਕਲਾਸਰੂਮ ਹੋਵੇ ਜਾਂ ਫਿਰ ਇਸ ਦੇ ਵਿੱਚ ਬੱਚੇ ਸਿੱਖ ਪਾਣਗੇ ਉਹ ਜਾਂ ਫਿਰ ਅਧਿਆਪਕ ਸਿਖਾ ਪਾਣਗੇ ਬੱਚਿਆਂ ਦਾ ਜਿਹੜਾ ਧਿਆਨ ਲੱਗ ਪਾਏਗਾ ਹਾਂਜੀ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਿਹੜੇ ਬੇਸਿਕਲੀ ਇਹ ਉਹੀ ਚੀਜ਼ਾਂ ਸੀ ਲਗਾਈਆਂ ਜਿਹੜੀਆਂ ਕਲਾਸਾਂ ਦੇ ਵਿੱਚ ਆਲਰੇਡੀ ਬੱਚੇ ਜਿਹੜੇ ਹੈਗੇ ਉਹ ਪੜਦੇ ਆ ਲੇਕਿਨ ਇਹ ਜਿਹੜੇ ਮਾਡਲ ਸਾਡੇ ਕੋਲ ਲਗਾਏ ਹੈਗੇ ਆ ਇਹ ਬਹੁਤ ਐਡਵਾਂਸਡ ਟੈਕਨੋਲੋਜੀ ਅਸੀਂ ਲਗਵਾਈ ਆ ਤੇ ਹਰ ਇੱਕ ਮਾਡਲ ਜਿਹੜਾ ਹੈਗਾ ਕਿਉਂਕਿ ਜਦੋਂ ਅਸੀਂ ਕਲਾਸਾਂ ਦੇ ਵਿੱਚ ਪੜਾਉਨੇ ਆ ਇਹ ਮਾਡਲ ਜਿਹੜੇ ਕਲਾਸਾਂ ਦੇ ਵਿੱਚ ਨਹੀਂ ਸਾਡੇ ਕੋਲ ਅਵੇਲੇਬਲ ਹੈਗੇ ਤੇ ਇਹੀ ਮਾਡਲ ਜਿਹੜੇ ਹੈਗੇ ਆ ਬੱਚਿਆਂ ਨੂੰ ਜਿਹੜਾ ਅਸੀਂ ਕਰਵਾ ਸਕਦੇ ਹਾਂ ਕਿਉਂਕਿ ਕੱਲਾ-ਕੱਲਾ ਜਿਹੜਾ ਇਹਦਾ ਪਾਰਟ ਹੈ ਬੱਚਿਆਂ ਨੂੰ ਦਿਖਾ ਸਕਦੇ ਹਾਂ ਕਿ ਇਹਦੀ ਬੈਕਗ੍ਰਾਉਂਡ ਕੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਕੋਲ ਮਨੁੱਖੀ ਇਹ ਸਾਰੇ ਮਾਡਲ ਹੈਗੇ ਆ ਇਹਦੇ ਵਿੱਚ ਇੱਕ ਅੱਖ ਦਾ ਸਾਡੇ ਕੋਲ ਵੀ ਮਾਡਲ ਹੈ ਉਹਦੇ ਵਿੱਚ ਇਹ ਹੈਗਾ ਕਿ ਤੁਸੀਂ ਅੱਖ ਦਾ ਕੱਲਾ-ਕੱਲਾ ਜਿਹੜਾ ਪਾਰਟ ਹੈਗਾ ਉਹ ਤੁਸੀਂ ਕਰਕੇ ਬੱਚਿਆਂ ਨੂੰ ਜਿਹੜਾ ਹੈਗਾ ਦਿਖਾ ਸਕਦੇ ਆ ਤੇ ਇਹਦੇ ਵਿੱਚ ਟੀਚਰ ਦੇ ਵਾਸਤੇ ਪੜ੍ਹਾਉਣਾ ਜਿਹੜਾ ਹੈਗਾ ਹੋਰ ਵੀ ਸੌਖਾ ਆ ਤੇ ਟੀਚਰਜ਼ ਨੇ ਸਾਡੇ ਨਾਲ ਜੋ ਉਹਨਾਂ ਦੀ ਸਾਨੂੰ ਫੀਡਬੈਕ ਮਿਲੀ ਆ ਉਹਨਾਂ ਨੇ ਵੀ ਦੱਸਿਆ ਕਿ ਬੱਚੇ ਜਿਹੜੇ ਹੈਗੇ ਆ ਬੜੇ ਮਤਲਬ ਉਤਸੁਕ ਹੋ ਕੇ ਇਹ ਜਿਹੜੇ ਮਾਡਲ ਹੈ ਉਹ ਦੇਖਦੇ ਆ ਤੇ ਸਿੱਖਦੇ ਵੀ ਆ ਕਿਉਂਕਿ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜਾ ਹੈਗਾ ਇਹਦਾ ਕੱਲਾ ਕੱਲਾ ਪਾਰਟ ਕਰਕੇ ਉਹ ਦੇਖਦੇ ਵੀ ਆ ਹਾਂਜੀ ਤੇ ਫਿਰ ਸਰ ਰੂਟ ਜਿਹੜਾ ਹੋਏਗਾ ਜਿਵੇਂ ਤੁਸੀਂ ਦੱਸਿਆ ਵੀ ਸਕੂਲਾਂ ਦੇ ਵਿੱਚ ਜਾਏਗੀ ਵੈਨ ਜੇ ਹੁਣ ਅੱਗੇ ਵੀ ਜਿਹੜੇ ਸੰਕੇਤ ਆ ਰਹੇ ਨੇ ਕਿ ਤੀਸਰੀ ਵੇ ਵੀ ਆ ਸਕਦੀ ਹੈ ਕਰੋਨਾ ਦੀ ਤਾਂ ਉਹ ਵੀ ਸੇ ਵੀ ਸਕੂਲ ਜਿਹੜੇ ਆ ਉਹ ਬੰਦ ਕੀਤੇ ਜਾਣਗੇ ਸਰਕਾਰ ਵੱਲੋਂ ਤਾਂ ਫਿਰ ਇਹ ਘਰ ਘਰ ਜਾ ਕੇ ਵੀ ਸੋਰੀ ਪਿੰਡ ਪਿੰਡ ਜਾ ਕੇ ਵੀ ਇਵੇਂ ਕੋਈ ਪ੍ਰੋਜੈਕਟ ਹੈਗਾ ਉਹਦੇ ਹਿਸਾਬ ਨਾਲ ਇਦਾਂ ਕਿ ਉਹ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਉਹਨਾਂ ਨੇ ਜੋ ਸਾਨੂੰ ਗਾਈਡਲਾਈਨ ਦਿੱਤੀਆਂ ਸੀ ਉਹਦੇ ਮੁਤਾਬਕ ਇਸ ਤਰ੍ਹਾਂ ਆ ਵੀ ਇਹ ਜੇ ਇਨ ਕੇਸ ਸਕੂਲ ਬੰਦ ਹੋ ਜਾਂਦੇ ਆ ਤੇ ਅਸੀਂ ਉਸ ਪਿੰਡ ਦੇ ਵਿੱਚ ਫਿਰ ਬੱਸ ਲੈ ਕੇ ਜਾਵਾਂਗੇ ਤੇ ਜਿੰਨੇ ਕ ਬੱਚੇ ਰਿਕੁਆਇਰਡ ਆ ਅਕੋਰਡਿੰਗ ਟੂ ਜਿਹੜੇ ਸਾਡੇ ਰੂਲਸ ਹੈਗੇ ਆ ਏ ਕੋਵਿਡ ਦੇ ਕੋਵਿਡ 19 ਦੇ ਉਹਦੇ ਮੁਤਾਬਕ ਅਸੀਂ ਬੱਚਿਆਂ ਨੂੰ ਫਿਰ ਵੀ ਸਟੱਡੀ ਦੇ ਨਾਲ ਇਹਦੇ ਵਿੱਚ ਮਤਲਬ ਕਿ ਇਨ ਟੱਚ ਰੱਖਾਂਗੇ ਕਿਉਂਕਿ ਇਹਦੇ ਵਿੱਚ ਜਿਹੜੇ ਸਾਡੇ ਕੋਲ ਮੈਥ ਦੇ ਸਬੰਧ ਦੇ ਵਿੱਚ ਵੀ ਜਿਹੜੇ ਮਾਡਲ ਹੈਗੇ ਉਹ ਵੀ ਅਸੀਂ ਰੱਖੇ ਹੋਏ ਆ ਤਾਂ ਕਿ ਬੱਚੇ ਜਿਹੜੇ ਹੈਗੇ ਉਹ ਤਿੰਨੋਂ ਸਬਜੈਕਟ ਜਿਹੜੇ ਆ ਉਹ ਇਸ ਬਸ ਦੇ ਵਿੱਚ ਜਿਹੜੇ ਹੈਗੇ ਉਹ ਪੜ ਸਕਦੇ ਅੱਛਾ ਮੈਂ ਲੱਗਦਾ ਤੁਹਾਨੂੰ ਵੀ ਇਸ ਬਸ ਦੇ ਵਿੱਚ ਜਿਹੜਾ ਆ ਤੁਸੀਂ ਐਕਸਪਲੇਨ ਕਰ पाओगे ਵਧੀਆ ਹਾਂ ਬਹੁਤ ਅੱਛਾ ਬਹੁਤ ਵਧੀਆ ਐਕਸਪਲੇਨ ਕਰਾਂਗੇ ਹਾਂ ਹਾਂਜੀ ਹੁਣ ਮੈਂ ਤੁਹਾਨੂੰ ਹਾਰਟ ਦਾ ਮਾਡਲ ਦਿਖਾ ਰਹੀ ਹਾਂ ਹਾਰਟ ਦੇ ਕਿਸ ਮਾਡਲ ਨੂੰ ਅਸੀਂ ਸੈਪਰੇਟ ਵੀ ਕਰ ਸਕਦੇ ਆ ਜੀ ਇਹਦੇ ਅਲੱਗ-ਅਲੱਗ ਪਾਰਟਸ ਕਰ ਸਕਦੇ ਆ ਜਿਵੇਂ ਕੀ ਤੁਹਾਨੂੰ ਦਿਖਿ ਰਿਹਾ ਆ ਹਾਰਟ ਦੇ ਵਿੱਚ ਦੋ ਔਰੀਕਲਸ ਨੇ ਦੋ ਵੈਂਟਰੀਕਲਸ ਠੀਕ ਹੈ ਇਹ ਰਾਈਟ ਵੈਂਟਰੀਕਲ ਇਹ ਲੈਫਟ ਵੈਂਟਰੀਕਲ ਲੈਫਟ ਵੈਂਟਰੀਕਲ ਜਿਹੜੀ ਹੈਗੀ ਆ ਉਹਦੀ ਵਾਲ ਥਿੱਕ ਦਿਖ ਰਹੀ ਆ ਕਿ ਇਹ ਇਸ ਲੈਫਟ ਵੈਂਟਰੀਕਲ ਨੇ ਸਾਰੇ ਬਾਡੀ ਨੂੰ ਆਪਣਾ ਬਲੱਡ ਸਪਲਾਈ ਕਰਨਾ ਹੁੰਦਾ ਹੈ ਤੇ ਆ ਮੇਨ ਆਓਰਟਾ ਦਿਖ ਰਹੀ ਆ ਇਹ ਵੀ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਆ ਔਰ ਇਹ ਦੇਖੋ ਕਿੰਨਾ ਕਲੀਅਰ ਹੈ ਬਾਈਕਸਪਿਡ ਵਾਲਵ ਐਂਡ ਟ੍ਰਾਈਕਸਪਿਡ ਵਾਲਵਸ ਇਹ ਸਾਰੇ ਕਲੀਅਰਲੀ ਦਿਖ ਰਹੇ ਨੇ ਤੇ ਇਹਦੇ ਨਾਲ ਸਾਨੂੰ ਬਹੁਤ ਆਸਾਨ ਹੋ ਜਾਂਦਾ ਹੈ ਬੱਚੇ ਨੂੰ ਸਮਝਾਣਾ ਇਸੇ ਤਰ੍ਹਾਂ ਅਲੱਗ ਹੋਰ ਵੀ ਕਾਫੀ ਪ੍ਰੋਜੈਕਟ ਹੈਗੇ ਮਨੁੱਖੀ ਦਿਮਾਗ ਹੋ ਗਿਆ ਫੇਫੜੇ ਹੋ ਗਏ ਲੰਗਸ ਨੇ ਇਹ ਲੰਗਸ ਦੇ ਦੋ ਪਾਰਟ ਨੇ ਇਹਦੇ ਅਪਰ ਲੋਬ ਐਂਡ ਲੋਅਰ ਲੋਬ ਥਿਸ ਇਜ਼ ਆਲਸੋ ਐਂਡ ਥਿਸ ਇਜ਼ ਰਾਈਟ ਐਂਡ ਲੈਫਟ ਲੰਗਸ ਠੀਕ ਹੈ ਸੋ ਅਸੀਂ ਇਹ ਸਾਰਾ ਕੁਝ ਬੱਚੇ ਨੂੰ ਐਕਸਪਲੇਨ ਕਰ ਸਕਦੇ ਹਾਂ ਜਿਵੇਂ ਜਿਵੇਂ ਕੀ ਕਰੋਨਾ ਗੱਲ ਚੱਲ ਰਿਹਾ ਸੀਗਾ ਤਾਂ ਲੰਗਸ ਨੂੰ ਜ਼ਿਆਦਾ ਇਨਫੈਕਸ਼ਨ ਹੋ ਰਹੀ ਸੀ ਇਹਨਾਂ ਨੂੰ ਇਹਨਾਂ ਦੇ ਵਿੱਚ 에ਅਰ ਸਪੇਸਿਸ ਕਿੰਨੀਆਂ ਹੈਗੀਆਂ ਕਿੰਨੀ ਇਹਦੀ ਕੈਪੈਸਿਟੀ ਹੈਗੀ ਆ ਉਹ ਅਸੀਂ ਸਾਰਾ ਐਕਸਪਲੇਨ ਕਰ ਸਕਦੇ ਹਾਂ ਫਿਊਚਰ ਵਨ ਹੋ ਗਿਆ ਕਿਸੇ ਹਾਂਜੀ ਹਾਂਜੀ ਬਹੁਤ ਅੱਛਾ ਜੀ ਆਹ ਪ੍ਰੋਜੈਕਸ਼ਨ ਮਾਈਕਰੋਸਕੋਪ ਹੈ ਇਸ ਤੋਂ ਬਾਅਦ ਆਪ ਬ੍ਰੇਨ ਦਾ ਮਾਡਲ ਦੇਖੋ ਇਹ ਦਾ ਜਿਹੜਾ ਅਪਰ ਪਾਰਟੀ ਆ ਇਹ ਅਪਰ ਪਾਰਟ ਜਿਹੜਾ ਹੈਗਾ ਇਹ 10000 ਤੋਂ ਉੱਤੇ ਇਹਦੀ ਕੀਮਤ ਹੈ ਔਰ ਇੰਨਾ ਅੱਛਾ ਟੈਕਸਚਰ ਹੈ ਇਹਦਾ ਕਿ ਉਹ ਇੰਡੀਆ ਦੇ ਵਿੱਚ ਸਾਨੂੰ ਇੰਨਾ ਅੱਛਾ ਉਪਲਬਧ ਨਹੀਂ ਹੋਇਆ ਤੇ ਬਾਹਰੋਂ ਮਗਵਾਉਣਾ ਪਿਆ ਅੱਛਾ ਕਿਹੜੀ ਜਗ੍ਹਾ ਤੋਂ ਇਹ ਅੰਬਾਲਾ ਤੋਂ ਸਾਰਾ ਸਮਾਨ ਅਸੀਂ ਬੁਆਇਸ ਕੀਤਾ ਪਰ ਇੰਪੋਰਟ ਕਰਵਾਇਆ ਸੀ ਇੰਪੋਰਟ ਕਰਵਾਇਆ ਅੰਬਾਲਾ ਤੋਂ ਕੀਤਾ ਪਰ ਇੰਪੋਰਟ ਕਰਾਇਆ ਸਾਰਾ ਜੀ ਆ ਸਾਡੇ ਹੈਗੇ ਟੀਥ ਸਟਰਕਚਰ ਹੈਗੀ ਆ ਠੀਕ ਹੈ ਹਾਂ ਸਾਰੇ ਬਾਈ ਲੋਬਸ ਦਿਖ ਰਹੀਆਂ ਆ ਬ੍ਰੇਂਡੀਆਂ ਇਸੇ ਤਰ੍ਹਾਂ ਹੁਣ ਅੱਗੇ ਵੀ ਕੰਪਿਊਟਰ ਲਾਈ ਵੀ ਹੈਗੀ ਆ ਕੀ ਨਾਮ ਹੈ ਜੀ ਤੁਹਾਡਾ ਕਿਹੜੀ ਕਲਾਸ ਪੜਦੇ ਹੋ ਪਲਸ 2 ਕਿਵੇਂ ਲੱਗੀ ਬੈਂਡ ਜਿਹੜੀ ਆ ਤੁਰਦੀ ਬੈਂਡ ਬਹੁਤ ਵਧੀਆ ਲੱਗੀ ਸਰ ਪਿੰਡ ਤੁਹਾਡੇ ਪਹੁੰਚ ਨਹੀਂ ਅਸੀਂ ਲੋਕਲ ਨੂੰ ਅੱਛਾ ਲੋਕਲ ਸਕੂਲ ਦੇ ਵਿੱਚ ਹੀ ਹਾਂ ਹਾਂਜੀ ਹਾਂਜੀ ਤੇ ਕੋਈ ਕਲਾਸ ਲੱਗੀ ਇਸ ਦੇ ਵਿੱਚ ਜਾਂ ਹਲੇ ਤੱਕ ਨਹੀਂ ਹਾਂਜੀ ਕੱਲ ਲੱਗੀ ਸੀ ਅੱਛਾ ਕਿਵੇਂ ਦਾ ਰਿਸਪੌਂਸ ਰਹਿਦਾ ਰਿਸਪੌਂਸ ਵਧੀਆ ਰਿਆ ਤੁਸੀਂ ਤਰ੍ਹਾਂ ਅਸੀਂ ਅੱਗੇ ਵੀ ਚੱਲਦੇ ਹਾਂ ਕੰਪਿਊਟਰ ਤੁਹਾਨੂੰ ਦਿਖਾਣੇ ਅੱਗੇ ਕੰਪਿਊਟਰ ਦਾ ਬੱਚੇ ਜਿਹੜੇ ਆ ਉਹ ਕਰ ਰਹੇ ਨੇ ਤੇ ਤਕਰੀਬਨ 12 ਦੇ ਕਰੀਬ ਕੰਪਿਊਟਰ ਲਗਾਏ ਗਏ ਨੇ ਔਰ ਕੰਪਿਊਟਰ ਦੀ ਜਿਹੜੀ ਸਪਲਾਈ ਹੈ ਗੱਲਬਾਤ ਵੀ ਕਰਦੇ ਆ ਤੇ ਹਾਂਜੀ ਸਰ ਕਿੰਨੇ ਜਿਹੜੇ ਅਸੈਂਬਲ ਹੋਏ ਕੰਪਿਊਟਰ ਫਿਕਸ ਕੀਤੇ ਗਏ ਨੇ ਔਰ ਕੀ ਇਹਦੇ ਕਨਫਿਗਰੇਸ਼ਨ ਕੀ ਹੈ ਸਰ ਟੋਟਲ 12 ਕੰਪਿਊਟਰਸ ਨੇ ਇਸ ਲੈਬ ਦੇ ਅੰਦਰ ਤੇ i5 ਪ੍ਰੋਸੈਸਰ ਦੇ ਅੰਦਰ 512 ਸਾਡੇ ਕੋਲ SSD ਹੈ 1TB ਹਾਰਡ ਡਿਸਕ ਮਤਲਬ ਕਿ ਜੋ ਲੇਟੈਸਟ ਐਸਲ ਮਾਰਕੀਟ ਚ ਅਵੇਲੇਬਲ ਹੈਗਾ ਉਹ ਅਸੀਂ ਪ੍ਰੋਵਾਈਡ ਕੀਤਾ ਲੈਬ ਦੇ ਅੰਦਰ ਤੇ ਮਤਲਬ ਕਿ ਜੇ ਅਸੀਂ ਟੈਕਨੋਲੋਜੀ ਵਾਈਜ਼ ਦੇਖੀਏ ਤੇ 올 ਇਨ ਵਨ ਪੀਸੀਸ ਨੇ ਇਹਦੇ ਅੰਦਰ ਸੀਪੀਯੂ ਨਹੀਂ ਨਹੀਂ ਆ ਠੀਕ ਹੈ ਇਨ ਬਿਲਟ ਪੀਸੀ ਸਾਰਾ ਦੇ ਅੰਦਰ ਸੋ ਨੂੰ ਅਸੀਂ 올 ਇਨ ਵਨ ਪੀਸੀ ਕਹਿੰਦੇ ਹਾਂ ਸਪੇਸ ਜਿਹੜੀ ਹੈ ਤੁਸੀਂ ਬਚਾਈ ਹੈ ਹਾਂ ਬਿਲਕੁਲ ਸਰ ਕੰਪੈਕ ਕਿਉਂਕਿ ਬਾਸ ਦੇ ਵਿੱਚ ਜਦੋਂ ਅਸੀਂ ਪੀਸੀ ਲਗਾਉਂਦਾ ਸੋਚਿਆ ਸੀਗਾ ਤੇ ਜਿਹੜੀ ਜਪ ਸਪੇਸ ਸੀਗੀ ਉਹ ਸਾਡੇ ਲਈ ਇੱਕ ਬਹੁਤ ਵੱਡਾ ਮੁੱਦਾ ਸੀਗਾ ਸੋ ਨੂੰ ਕੰਪੈਕਟ ਕਰਨ ਦੇ ਲਈ ਅਸੀਂ 올 ਇਨ ਵਨ ਜਿਹੜਾ ਪੀਸੀ ਲਗਾਏ ਹੋਏ ਇਹ ਇਹਦੇ ਜਿਹੜੀ ਅਸੈਂਬਲਿੰਗ ਹੈ ਸਟੈਂਡ ਵਗੈਰਾ ਜਿਹੜੇ ਨੀਚੇ ਜਿਹੜਾ ਸਟੈਂਡ ਹੈਗੇ ਆ ਏ ਫਿਰ ਸਪੈਸ਼ਲ ਬਣਵਾਏ ਹੈ ਜਾਂ ਫਿਰ ਨਾਲ ਆ ਰਿਹਾ ਹੈ ਹਾਂ ਸਰ ਐਕਚੁਅਲੀ ਇਹ ਸਾਰਾ ਕੁਝ ਅਸੀਂ ਕਸਟਮਾਈਜ਼ ਕਰਵਾਇਆ ਸਾਰਾ ਕਿਉਂਕਿ ਬੱਸ ਦੇ ਵਿੱਚ ਲਗਵਾਉਣਾ ਹੈ ਸਾਡੇ ਲਈ ਕਾਫੀ ਅੱਛਾ ਚੈਲੰਜ ਸੀਗਾ ਸੋ ਇਸ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਅਸੀਂ ਇਹਨੂੰ ਸਾਰਾ ਜਿਹੜਾ ਕਸਟਮਾਈਜ਼ ਕਰਵਾਇਆ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਜਿਹੜੀ ਅਸੀਂ ਫਿਕਸ ਕੀਤੀ ਹੋਈ ਹੈ ਤਾਂ ਜੋ ਜਦੋਂ ਬੱਸ ਮੂਵੇਬਲ ਹੋਵੇ ਤੇ ਉਸ ਟਾਈਮ ਵੀ ਇਹਨਾਂ ਜਿਹੜੇ ਕੰਪੋਨੈਂਟਸ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਖਰਾਬੀ ਜਿਹੜੀ ਨਾ ਹੋ ਸਕੇ ਤੇ ਜਿਹੜਾ ਇੰਟਰਨੈਟ ਵਗੈਰਾ ਦੀ ਵਿਵਸਥਾ ਹੈ ਹਾਂ ਬਿਲਕੁਲ ਸਰ ਬਿਲਕੁਲ ਟੋਟਲੀ ਜਿਹੜੀ ਸਾਡੀ ਟੋਟਲ ਜਿਹੜੀ ਬੱਸ ਹੈਗੀ ਹੈ ਵਾਈਫਾਈ ਹੈਗੀ ਹੈ ਇਹਦੇ ਵਿੱਚ ਸਾਡੇ ਜਿੰਨੇ ਵੀ ਤੁਸੀਂ ਬੀਸੀ ਦੇਖ ਰਹੇ ਹੋ ਸਾਰੇ ਵਾਈਫਾਈ ਨੇ ਠੀਕ ਹੈ ਸਾਡਾ ਉੱਪਰ ਮੋਡਮ ਲਗਾਇਆ ਹੋਇਆ ਅਸੀਂ 4G ਲਾਈਟ ਅਸੀਂ ਕਨੈਕਸ਼ਨ ਇਥੇ ਯੂਜ਼ ਕਰ ਰਹੇ ਹਾਂ ਸਾਡਾ ਪ੍ਰਿੰਟਰ ਵਾਈਫਾਈ ਹੈ ਜਿੰਨੇ ਵੀ ਸਾਡੇ ਕੈਮਰੇ ਨੇ ਸਾਰੇ ਵਾਈਫਾਈ ਨੇ ਆਈਪੀ ਕੈਮਰਸ ਲਗਾਏ ਹੋਏ ਨੇ ਤਿੰਨ ਸਾਡੇ ਕੋਲ ਜਿਹੜੇ ਨੇ ਕੈਮਰੇ ਅਵੇਲੇਬਲ ਨੇ 1 ਇੱਕ ਕੰਪਿਊਟਰ ਲੈਬ ਦੇ ਅੰਦਰ ਇੱਕ ਪਿੱਛੇ ਸਾਇੰਸ ਲੈਬ ਤੇ ਇੱਕ ਸਾਡੇ ਕੋਲ ਡਰਾਈਵਰ ਕੈਬਨ ਦੇ ਵਿੱਚ ਹੈਗਾ ਕੈਨ ਤੋਂ ਪਾਬ ਕਿ ਜੇਕਰ 22 ਚਾਂਸ ਕਲਾਸ ਲੱਗ ਰਹੀ ਹੈ ਤੇ ਜਿਹ ਤੇ ਰਿਸਪਾਂਸ ਕਿਵੇਂ ਆ ਰਿਹਾ ਬੱਚਿਆਂ ਦਾ ਲੈਬ ਨੂੰ ਲੈ ਕੇ ਕੰਪਿਊਟਰ ਲੈਬ ਨੂੰ ਲੈ ਕੇ ਹਾਂ ਬਿਲਕੁਲ ਸਰ ਮੈਂ ਇਸ ਸਕੂਲ ਦੇ ਵਿੱਚ ਕੱਲ ਤੋਂ ਬਸ ਇੱਥੇ ਆਈ ਹੋਈ ਆ ਬੱਚੇ ਕਾਫੀ ਉਤਸ਼ਾਹੀ ਮਹਿਸੂਸ ਕਰ ਰਹੇ ਨੇ ਬੱਚਿਆਂ ਦੇ ਕੋਲ ਅਸੀਂ ਫੀਡਬੈਕ ਵੀ ਕੱਲ ਵੀ ਲਿਆ ਸੀ ਅੱਜ ਵੀ ਲਵਾਂਗੇ ਅਸੀਂ ਤੇ ਬੱਚੇ ਕਾਫੀ ਕੰਫਰਟੇਬਲ ਤੇ ਕਾਫੀ ਅੱਛਾ ਮਹਿਸੂਸ ਕਰ ਰਹੇ ਨੇ ਜਦੋਂ ਵੀ ਉਹ ਇੱਥੇ ਆ ਕੇ ਲੈਬ ਦੇ ਵਿੱਚ ਪ੍ਰੈਕਟੀਕਲਸ ਕਰਦੇ ਨੇ ਤੇ ਉਹ ਕਾਫੀ ਖੁਸ਼ੀ ਮਹਿਸੂਸ ਕਰਦੇ ਨੇ ਅੱਛਾ ਇਹਦੀ ਪਾਵਰ ਸਪਲਾਈ ਦਾ ਕੀ ਪ੍ਰਬੰਧ ਕੀਤਾ ਗਿਆ ਜਿਵੇਂ ਜਨਰੇਟਰ ਹੈ ਜਾਂ ਫਿਰ ਜਿੱਥੇ ਸਕੂਲ ਦੇ ਵਿੱਚ ਗਏ ਉੱਥੇ ਸਿੱਧੀ ਵੋਲਟੇਜ ਲਈ ਜਾਏਗੀ ਸਰ ਸਾਡੇ ਕੋਲ ਦੋਨੋਂ ਹੀ ਫੈਸਿਲਿਟੀ ਸਰ ਜਿਹੜੀਆਂ ਬੱਸ ਵਿੱਚ ਪ੍ਰੋਵਾਈਡ ਕੀਤੀਆਂ ਨੇ ਚਾਹੀਏ ਤਾਂ ਅਸੀਂ ਏਸੀ ਗ੍ਰੰਡ ਯੂਜ਼ ਕਰਕੇ ਕਹਿਣ ਤੋਂ ਪਾਪ ਕਿ ਪਾਵਰ ਜਿਹੜੀ ਇਲੈਕਟ੍ਰਿਸਿਟੀ ਆਪਾਂ ਨਾਲ ਵੀ ਅਸੀਂ ਬੱਸ ਨੂੰ ਚਲਾ ਸਕਦੇ ਹਾਂ ਤੇ ਜੇਕਰ ਸਾਡੇ ਕੋਲ ਇਲੈਕਟ੍ਰਿਸਿਟੀ ਅਵੇਲੇਬਲ ਨਹੀਂ ਤਾਂ ਸਾਡੇ ਕੋਲ ਦੋ ਜਨਰੇਟਰ ਲੱਗੇ ਨੇ ਇਹ ਇੱਕ ਜਨਰੇਟਰ ਅਸੀਂ ਦੋ ਏਸੀ ਨੂੰ ਨਾਲ ਚਲਾਉਂਦੇ ਹਾਂ ਤੇ ਇੱਕ ਸਾਡੇ ਸਪੈਸੀਫਿਕਲੀ ਅਸੀਂ ਲੈਬ ਦੇ ਲਈ ਅਲੱਗ ਤੋਂ ਇੱਕ ਜਿਹੜਾ ਜਨਰੇਟਰ ਜਿਹੜਾ ਮੇਨਟੇਨ ਕੀਤਾ ਹੋਇਆ ਹੈ ਪ੍ਰਿੰਟਰ ਵੀ ਜਿਹੜਾ ਹੈ ਅਸੈਂਬਲ ਕੀਤਾ ਹਾਂ ਪ੍ਰਿੰਟਰ ਵੀ ਹਾਂਜੀ ਸਰ ਪ੍ਰਿੰਟਰ ਇੰਸਟਾਲਡ ਆ ਲੈਬ ਦੇ ਅੰਦਰ ਤੇ ਇਹ ਵੀ ਵਾਈਫਾਈ ਹੈ ਤੁਸੀਂ ਕਿਸੇ ਵੀ ਪੀਸੀ ਤੋਂ ਬੈਠ ਕੇ ਕਮਾਂਡ ਲਗਾ ਸਕਦੇ ਆ ਮੋਬਾਈਲ ਤੋਂ ਵੀ ਕਮਾਂਡ ਤੁਸੀਂ ਦੇ ਸਕਦੇ ਆ ਪ੍ਰਿੰਟ ਸਾਡਾ ਨਿਕਲ ਕੇ ਆ ਜਾਏਗਾ ਤੇ ਇੱਕ ਟਾਈਮ ਦੇ ਵਿੱਚ ਇੱਕ ਕਲਾਸ ਨੂੰ ਤਕਰੀਬਨ 12 ਬੱਚੇ ਬੈਠ ਸਕਦੇ ਆ ਤੇ ਇੱਕ ਕਲਾਸ ਜੇ ਮਨ ਲੋ ਇੱਕ ਮਨ ਲੋ ਪਲੱਸ 2 ਹੀ ਹੈ ਉਹਨੂੰ ਕੰਪਲੀਟ ਕਰਨਾ ਹੋਵੇ ਤੇ ਕਿੰਨੇ ਟਾਈਮ ਦੇ ਵਿੱਚ ਹੋ ਜਾਏਗੀ ਸਰ ਐਕਚੁਅਲੀ ਇਹਦੇ ਵਿੱਚ ਕਿਉਂਕਿ ਬੱਸ ਦੇ ਵਿੱਚ ਕੰਪੈਕਟ ਹੋਣ ਕਰਕੇ ਸਾਨੂੰ 12 ਬੱਚੇ ਹੀ ਬਿਠਾ ਸਕਦੇ ਹਾਂ ਅਸੀਂ ਐਟ ਅ ਟਾਈਮ ਸੋ ਅਸੀਂ ਸ਼ਡਿਊਲਿੰਗ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਜਿਸ ਸਕੂਲ ਦੇ ਵਿੱਚ ਵੀ ਅਸੀਂ ਜਾਣੇ ਆ ਸਕੂਲ ਦੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਅਸੀਂ ਉਹਨਾਂ ਦੇ ਛੋਟੇ ਛੋਟੇ ਗਰੁੱਪ ਬਣਾ ਲਾਂਗੇ 12-12 ਬੱਚਿਆਂ ਦੇ ਤੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਪੂਰੀ ਪਲੈਨਿੰਗ ਕਰਕੇ ਉਹਦੇ ਅਸੀਂ ਟਾਈਮ ਸ਼ਡਿਊਲ ਜਿਹੜਾ ਉਹਨਾਂ ਦਾ ਨਿਰਧਾਰਿਤ ਕਰ ਸਕਦੇ ਹਾਂ ਤਾਂ ਇਸੇ ਹਿਸਾਬ ਦੇ ਨਾਲ ਇਹ ਇੱਕ ਵਾਰ ਤੁਹਾਨੂੰ ਅਸੀਂ ਦੁਬਾਰਾ ਮੇਨ ਮੇਨ ਇਹਦੇ ਹਾਈਲਾਈਟ ਦੱਸ ਦਿੰਨੇ ਆ ਐਲਈਡੀ ਲੱਗੀ ਹੋਈ ਹੈ ਬਲਬ ਲੱਗੇ ਐਲਈ ਟੀਵੀ ਲੱਗਾ ਐਲਈਡੀ ਟੀਵੀ ਲੱਗਾ ਹੋਇਆ ਵਾਈਫਾਈ ਲੱਗਾ ਹੋਇਆ ਤੇ ਸੀਸੀਟੀਵੀ ਕੈਮਰਾ ਵੀ ਲਗਾਏ ਗਏ ਨੇ ਫਿਰ ਜਿਹੜੀ ਚੇਅਰ ਹੈ ਇਹ ਪੂਰੀ ਐ ਫਿਕਸ ਕੀਤੀ ਹੋਈ ਹੈ ਕਿ ਜਦੋਂ ਬੱਸ ਚੱਲੇਗੀ ਤਾਂ ਮੂਵ ਨਾ ਹੋ ਪਾਏ ਸਿਰਫ ਉਪਰੋ ਹੀ ਜਿਹੜਾ ਹੈ ਉਹ ਹੋਲਡ ਕੀਤਾ ਹੋਇਆ ਤੇ ਇਸੇ ਤਰ੍ਹਾਂ ਕੰਪਿਊਟਰ ਸਕਰੀਨ ਜਿਹੜੀ ਹੈ ਉਹ ਵੀ ਜਿਹੜਾ 24 ਇੰਚ ਦੀ ਸਕਰੀਨ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਹੈ ਨਾਲ ਇਹ ਫਿਕਸ ਕੀਤੀ ਹੋਈ ਹੈ ਤੇ ਕੀਬੋਰਡ ਵੀ ਜਿਹੜੇ ਹੈ ਉਹ ਵੀ ਵਾਇਰਲੈਸ ਕੀਬੋਰਡ ਯੂਜ਼ ਕੀਤੇ ਹੋਏ ਆ ਔਰ ਇਹਦੀ ਜਿਹੜੀ ਪਲੇਟ ਹੈ ਜਿਹੜਾ ਹੋਲਡ ਹੈ ਉਹਨੂੰ ਇਸ ਦੇ ਵਿੱਚ ਪੂਰਾ ਫਿਕਸ ਕੀਤਾ ਹੋਇਆ ਔਰ ਇੱਥੋਂ ਕੱਢੇ ਵੀ ਜਾ ਸਕਦਾ ਹੈ ਸਰ ਇਹ ਅਸੀਂ ਤਾਂ ਕਰਕੇ ਥੋੜਾ ਫਲੈਕਸੀਬਲ ਰੱਖਿਆ ਕਿਉਂਕਿ ਇਹਦੇ ਅੰਦਰ ਬੈਟਰੀ ਪੈਂਦੀਆਂ ਨੇ ਤੇ ਤਾਂ ਕਰਕੇ ਇਸ ਨੂੰ ਦੋਨੋਂ ਪਾਸੇ ਸਿਰ ਦੋ ਸਾਈਡ ਤੋਂ ਫਿਕਸ ਕੀਤਾ ਹੈ ਤਾਂ ਜੋ ਜਦੋਂ ਬੈਟਰੀ ਚੇਂਜ ਕਰਨੀ ਉਹਨੂੰ ਕੱਢ ਕੇ ਇਹਦੀ ਬੈਟਰੀ ਚੇਂਜ ਕੀਤੀ ਜਾ ਸਕੇ ਵਾਇਰਲੈਸ ਮਾਊਸ ਵਾਇਰਲੈਸ ਹੈ ਕੀਬੋਰਡ ਵਾਇਰਲੈਸ ਹੈ ਤਾਂ ਇਸੇ ਤਰ੍ਹਾਂ ਪ੍ਰਿੰਟਰ ਵੀ ਲੱਗਾ ਹੋਇਆ ਪ੍ਰਿੰਟਰ ਲੱਗਾ ਫਿਰ ਦੋ ਏਸੀ ਲੱਗੇ ਹੋਏ ਨੇ ਪਿੱਛੇ ਅਸੀਂ ਤੁਹਾਨੂੰ ਇੱਕ ਵਾਰ ਸਾਇੰਸ ਵਿਗਿਆਨ ਦਾ ਜਿਹੜਾ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਲਗਾਏ ਹੋਏ ਨੇ ਉਹ ਵੀ ਦਿਖਾਣੇ ਆ ਫਿਰ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅ ਫਰਸਟ ایڈ ਕਿਟ ਹੈ ਅ ਇਸ ਦੇ ਵਿੱਚ ਰੱਖਿਆ ਸਥੈਥੋਸਕੋਪ ਵੀ ਹੈਗੇ ਆ ਫਿਰ ਆਕਸੀਮੀਟਰ ਲੱਗਿਆ ਹੋਇਆ ਆਕਸੀਮੀਟਰ ਹਾਂ ਆਕਸੀਮੀਟਰ ਵੀ ਹੈ ਤਾਂ ਇਸੇ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਕਲਾਸ ਲੇਕਰ ਆ ਤੇ ਫਿਜ਼ਿਕਸ ਵਾਲੇ ਮਾਡਲ ਫਿਜ਼ਿਕਸ ਤੇ ਮਾਡਲ ਕੰਟਰੋਲ ਐਸ ਸ਼ਾਰਟਕਟ ਕੀ ਆਪਣੇ ਆਖਦਾ ਮਾਡਲ ਤੇ ਸ਼ੇਪਸ ਹਾਂ ਸ਼ੇਪ ਜਿਹੜੀਆਂ ਆਪਾਂ ਟ੍ਰਾਇੰਗਲਰ ਅ ਸਿਰਕਲਰ ਐਂਡ ਜਿਓਮੈਟ੍ਰੀ ਕਰ ਲਓ ਬਿਲਕੁਲ ਇਧਰਲੀ ਸਾਈਡ ਤੇ ਵੀ ਤੁਸੀਂ ਇੱਕ ਵਾਰ ਮੇਂ ਮੋਸ਼ਨ ਦਿਓ ਹਾਂ ਤੇ ਤਕਰੀਬਨ 46 ਲੱਖ ਦੇ ਕਰੀਬ ਕੋਸਟ ਆਈ ਹੈ 40 ਲੱਖ ਤੋਂ ਉੱਪਰ ਵੱਧ ਜਿਹੜੀ ਕੋਸਟ ਆਈ ਹੈ ਔਰ ਇਸ ਦਾ ਇਹ ਫਾਇਦਾ ਹੋਵੇਗਾ ਕਿ ਜੇਕਰ ਇਨ ਕੇਸ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੱਗਦਾ ਕਿ ਅਬਾਊਟ ਫੂਟੂ ਵਿੱਚ ਲਿਖੋ ਇਹ ਸਾਡਾ ਨਿਊਟਨ ਦਾ ਮਾਡਲ ਹੈ ਜੀ ਨਿਊਟਨ ਦਾ ਮਾਡਲ ਹੈ ਇਹਦੇ ਵਿੱਚ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ ਹਾਂਜੀ ਦੇਖੋ ਤੁਸੀਂ ਦੋ ਨੂੰ ਪ੍ਰੈਸ ਕੀਤਾ ਤਾਂ ਦੋਹੀ ਰਿੰਗਸ ਉਧਰ ਨੂੰ ਗਈਆਂ ਤੇ ਉੱਪਰਲਾ ਜਿਹੜਾ ਮਾਡਲ ਹੈ ਉਹ ਲੌਂਗੀਟਿਊਡਨਲ ਐਂਡ ਟ੍ਰਾਂਸਵਰ ਸਵੇਵ ਸ਼ੋ ਕਰ ਰਿਹਾ transverse and longitudinal waves and it is a clear image of wave function these are the projection uh, electron microscope and simple microscopes dissection microscope ਤਾਂ ਇਸ ਦਾ ਇਹ फायदा ਹੋਵੇਗਾ ਕਿ ਜੇਕਰ ਇਨ ਕੇਸ ਆਉਣ ਵਾਲੇ ਸਮੇਂ ਦੇ ਜਿਵੇਂ ਹੁਣ ਦੱਸਿਆ ਗਿਆ ਡਾਕਟਰ ਦੱਸ ਰਹੇ ਨੇ ਕਿ ਅਕਤੂਬਰ ਦੇ ਲਾਸਟ ਵਿੱਚ ਤੀਸਰੀ ਵੇਵ ਭਾਰਤ ਦੇ ਵਿੱਚ ਆ ਸਕਦੀ ਹੈ ਤਾਂ ਉਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਇਹ ਜਿਹੜੀ ਬੱਸ ਹੈ ਕਾਫੀ ਬੱਚਿਆਂ ਦੇ ਲਈ ਜਿਹੜੀ ਹੈ ਮਦਦਗਾਰ ਸਾਬਤ ਹੋਵੇਗੀ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਇਹ ਬੱਸ ਨੂੰ ਜਿਹੜਾ ਹੈ ਉਪਰਾਲਾ ਕੀਤਾ ਗਿਆ ਪੰਜਾਬ ਦੀ ਪਹਿਲੀ ਬੱਸ ਕਹਿ ਸਕਦੇ ਆਪਾਂ ਸਰਕਾਰੀ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਟੈਕਨੋਲੋਜੀ ਦੇ ਨਾਲ ਜੋੜਨ ਦੇ ਲਈ ਜਿਹੜਾ ਉਪਰਾਲਾ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਜਾਂ ਫਿਰ ਹੋਰ ਬੱਚਿਆਂ ਦੀ ਜਿਹੜਾ ਬੱਚਿਆਂ ਦੀ ਆਈਕਿਊ ਲੈਵਲ ਵਧਾਉਣ ਦੇ ਲਈ ਜਾਂ ਫਿਰ ਬੱਚਿਆਂ ਨੂੰ ਸਿੱਖਿਆ ਪ੍ਰੋਪਰ ਦੇਣ ਦੇ ਲਈ ਵਕਫ ਵਕਫ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਸਿੱਖਿਆ ਵਿਭਾਗ ਲਗਾਤਾਰ ਲੈ ਕੇ ਅੰਦਰੇਗਾ ਕੈਮਰਾ ਪਰਸਨ ਸਾਗਰ ਦੇ ਨਾਲ राहुल कला जगवाणी टी वी